ਬਾਵਾ ਔਰ ਪੇਸ਼ਨੈਨ ਜੀ ਉਧਰੋਂ ਜਿਹੜਾ ਨਾ ਤੇ ਕਿੰਨੀਆਂ ਗਾਵਾਂ ਰੱਖੀਆਂ ਨੇ ਤੇ ਤਕਰੀਬ 12 ਡੰਗ ਨਿੱਕੇ ਮੋਟੇ ਛੋਟੇ ਵੱਡੇ ਓਏ ਹੋਏ ਈਦ ਆਖੇ ਮੇਰੇ ਸੋਹਣੇ ਸੱਜਣ ਤੂੰ ਅਸਾਂ ਰੋ ਰੋ ਈਦ ਲਗਾਈ ਇਧਰ ਜ਼ਿੰਦਗੀ ਕਾ ਜਨਾਜ਼ਾ ਉੱਠੇਗਾ ਉਧਰ ਜ਼ਿੰਦਗੀ ਕੀ ਦੁਲਨ ਬਣੇਗੀ ਟ੍ਰੇਨ ਆ ਗਈ ਹੈ ਜੀ ਚੈੱਕ ਕਰੋ ਜੀ ਜਾ ਰਹੀ ਹੈ ਓ ਕਹਿ ਕਿੰਨੇ ਉਸ ਲਾਈ ਸ਼ਾਈ ਸਰਕਾਰ ਸਿਰਫ 1000 ਰੁਪਿਆ ਉਹ ਮੰਡੇ ਕੰਮੇ ਕੀ ਕਹਿ ਵਜਾ ਹੈ ਜੀ ਬਸ ਦੀ ਮਹਿੰਗਾਈ ਬਹੁਤ ਹੈ ਕਿ ਅਪਰ ਕਾ ਕੜਾ ਪਿਆ ਸਿਲਵਰ ਨਾ ਗਲਾਸ ਵੀ ਪਿਆ ਵੈ ਇਹ ਝੰਡਾ ਜਾ ਲਗੇ ਆ फाइनली असं पहुँच चुके हैं जी मकबरा शहाबुद्दीन गोरी बहुत ही खूबसूरत किस्म ना तामीर होया ते हे इस पासा जेड़ा वै मजैल लगे आ वै सुब सादक साहब ओ एसएसजी ने है सन सूबेदार सन ठीक है इथे मुकामी ग्रां झंडा मेरा उत्थे ने उन्हें मुतारफ कराया डॉक्टर गदीर साहब की कि जनाब इथे शहाबुद्दीन गोरी तो माड़े ग्रां दफन ठीक है ते फिर जड़ा एक डॉक्टर गदीर साहब इथे ये खूबसूरत मकबरा बनाया एक्सप्लोर पोठवार अस्सलाम वालेकुम जी व्यूअर्स उम्मीद करने हैं ठीक ठाक सो खैरी मेरी सो माड़ा ना है सैयद बिलाल है तुसां तकने भी एक्सप्लोर पोठवार यूट्यूब चैनल ते अज असां जा रहे हैं जी कोट तम्याक जड़ा वै शहाबुद्दीन गोरी ने मकबरे पर इधर जवाद भाई जड़ा जी अपनी किट जड़ा वै तैयार की है अज असां कट्ठिया सफर हो सी अस्सलाम वालेकुम वालेकुम सलाम जी सुनाओ जी क्या हाल चाल है ठीक हो ठीक ठाक जवाद भाई अपनी सुनाओ से तां करम ते शान सब खैर हो बस जी तैयारी है हुण बस चलने आ मोटरसाइकिल इन्हें कढ़े आया जी तो स्टैंड शैंड उधर भी रखे ने हथे च भी चाहे ने ट्राई जी तो गर्मी नहीं शिद्दत अज काफ़ी ज़्यादा है बोर्ड जहा बने मैं वो गुप जिसकी आखने आवाज़ ही रुकी है सामने ना मौसम है तो निकलने जी हम असा हम रोडा तो चढ़न लगे हैं जी तो ये रोड आ गई है पेट्रोलियम अले करने पे जी चलान बगैर हेलमेट लिया ने ए रोके ने दो मोटरसाइकिल ते सामने चकवाल रोड भी निकलनी है और हे जड़ी है जीटी रोड भी लंघनी है लाहौर पेशावर जीटी रोड जड़ी शेर शाह सूरी बनवाई सी असा जासा जी शहाबुद्दीन गोरी और मकबरे ते बड़े अजीम सिपा सलार जंगजू हुक्मरान होए ने मुसलमाना ने जड़ा वै उन्हां ना मकबरा जड़ा पठवार सुहावा नाल जड़ा कोट तम्याक तू अगे झरना ग्रां है उत्थे जड़ा वै मौजूद है ते पिछे जड़ा वै बोर्ड लगे आ वै शाह मकबरा शहाबुद्दीन गोरी ए 13 किलोमीटर इतों फासला लिखे आ ते असा हुण अपने सफर ना आगाज करसा इतों नाल राह ने भी सीन तुसा की तकासा ते रोडा नहीं पता नहीं क्या सूरत हाल है इत्थे ते त्रुटी है पानी हाणी खलते आ ते ए भाई और असा नाल रक्षे वाले मौजूद ने नाल गल बात करने अस्सलाम वालेकुम जी जी वालेकुम सलाम क्या हाल है भजान ठीक हो से ता ठीक जी अल्लाह शुक्र है भाई जी बिस्मिल्लाह जी अच्छा असा जाना मैं इतों शहाबुद्दीन गोरी उन्होंने मकबरे ते दसो रोड की आ जी है जी रोड ठीक है अच्छा ਸਾਰੀ ਜਗ੍ਹਾ ਤੋਂ ਟੁੱਟੀ ਭੱਜੀ ਲੇਕਿਨ ਮੋਸਟਲੀ ਠੀਕ ਹੈ ਅਲਹਮਦੁਲਿਲਾ ਤੁਸੀਂ ਇਜ਼ੀਲੀ ਪਹੁੰਚ ਜਾਸੋ 15 ਤੋਂ 20 ਮਿੰਟ ਤੱਕ ਤੁਸੀਂ ਪਹੁੰਚ ਜਾਸੋ ਇਨਸ਼ਾਅੱਲਾ ਸਹੀ ਹੋ ਗਿਆ ਤਾਂ ਇਹ ਅੱਗੇ ਇੱਥੋਂ ਕੋਰਟ ਦਾ ਮੈਕ ਤੋਂ ਅੱਗੇ ਵੇ ਜੀ ਬਿਲਕੁਲ ਕੋਰਟ ਦਾ ਮੈਕ ਥੋੜਾ ਹੋਰ ਹੈ ਉਸ ਤੋਂ 3-4 ਕਿਲੋਮੀਟਰ ਅੱਗੇ ਵੇ ਤੁਸੀਂ ਨਾ ਕਿਹੜਾ ਇਲਾਕਾ ਆਪਣਾ ਜੀ ਮੇਰਾ ਤਲਕ ਜੀ ਬਿਸ਼ਨਦੌਰ ਦੀਵਾਨੇ ਹਜ਼ੂਰੀ ਤੋਂ ਹੈ ਜੀ ਠੀਕ ਹੈ ਉਹ ਤਕਰੀਬਨ 8 ਕਿਲੋਮੀਟਰ ਹੈ ਸਹੀ ਹੈ ਔਰ ਸੁਲਤਾਨ ਸ਼ਾਹਬੁੱਦੀਨ ਗੌਰੀ ਨਾ ਮਜ਼ਾਜ ਲਾ ਕੁੱਤੇ ਲਗਭਗ 13 ਕਿਲੋਮੀਟਰ ਹੈ ਤੁਹਾਨੂੰ ਜੀ ਨਾਲ ਸਹੀ ਹੋ ਗਿਆ ਤਾਂ ਕਿਹ ਸੂਰਤ ਹਾਲ ਹੈ ਕੰਮਾ ਸ਼ਮਾ ਨਹੀਂ ਰਕਸ਼ੇ ਸ਼ਕਸ਼ੇ ਨਹੀਂ ਜੀ ਅਲਹਮਦੁਲਿਲਾ ਜੀ ਮਾਲਕ ਦਾ ਬੜਾ ਇਹਸਾਨ ਹੈ ਬੜਾ ਕਰਮ ਹੈ ਤੇ ਦੀਵਾਨੇ ਹਜ਼ੂਰੀ ਤੂੰ ਇੱਥੇ ਚੱਲਨੇ ਹੋ ਚਕਵਾਲ ਮੋੜ ਤੱਕ ਜੀ ਚਕਵਾਲ ਮੋੜ ਸੁਹਾਵਾ ਦੀਵਾਨੇ ਹਜ਼ੂਰੀ ਜੀ ਸਾਨੂੰ ਲੋਕਲ ਮਤਲਬ ਕਰ ਰਹੇ ਹਾਂ ਸਹੀ ਹੋ ਗਿਆ ਤੇ ਕਿਹ ਹੁਣ ਕੋ ਕਿਰਾਇਆ ਸ਼ਾਇਆ ਸਵਾਰੀ ਨੇ ਸਾਬਤ ਹੈ ਜੀ ਸਵਾਰੀ ਨੇ ਸਾਬਤ ਕਰਾਇਆ ਜੀ 70 ਰੁਪਏ ਸਵਾਰੀ ਕਿੰਨੇ ਆ ਜੀ ਠੀਕ ਹੈ ਇਥੋਂ ਸੁਹਾਵਿਓ ਦੀਵਾਨੇ ਹਜ਼ੂਰੀ ਤੱਕ ਸਹੀ ਹੈ ਜਿਹੜਾ ਅਗਲਾ ਮਤਲਬ ਉਸਨੇ ਮੁxtਲਿਫ ਇਲਾਕੇ ਨੇ ਮੁxtਲਿਫ ਕਿਰਾਏ ਨੇ ਕਿਸੇ ਨੇ 100 ਆ ਕਿਸੇ ਨੇ 150 ਆ ਕਿਸੇ ਨੇ ਮਤਲਬ 180 ਇਸ ਤਰ੍ਹਾਂ ਦਾ ਮਤਲਬ ਹੈ ਸਹੀ ਹੋ ਗਿਆ ਤੇ ਇਧਰੋਂ ਬਾਕੀ ਟਰਾਂਸਪੋਰਟ ਤੇ ਮੜ ਹਾਲਾ ਕੋਈ ਰਕਸ਼ਾ ਹੀ ਜਾਣੇ ਨੇ ਜੀ ਵੈਗਨਾਂ ਵੀ ਆਏ ਨੇ ਲੋਕਾਂ ਨੇ ਪ੍ਰਾਈਵੇਟ ਗੱਡੀਆਂ ਵੀ ਆਏ ਨੇ ਰਕਸ਼ੇ ਵੀ ਆਏ ਨੇ ਬਾਈਕ ਵਗੈਰਾ ਵੀ ਆਏ ਨੇ ਇਹ ਜਿਹੜਾ ਜੀ ਚਕਵਾਲ ਮੋੜ ਹੈ ਉਹ ਚਕਵਾਲ ਨਾਲ ਬੋਰਡ ਸੰਗ ਨਜ਼ਰ ਅਸ਼ਨਾ ਹੋਸੀ ਪਿਆਦਾ ਹੈ ਪਿਰਪਲਾਈ ਤੇ ਟੋਕਾਂਬ ਤੇ ਮੁਲਿਆਲ ਮੁਗਲਾਂ ਸਾਗਲਾ ਬਾਦ ਇਹ ਅਸਾਂ ਨੇ ਜਿਹੜਾ ਨਾ ਆਪਣੇ ਇਲਾਕੇ ਨੇ ਇਧਰ ਅਸਾਂ ਨਾ ਵੀ ਗ੍ਰਾਮ ਹੈ ਪਿਰਪਲਾਈ ਕੋਲ ਹੀ ਇਹ ਇਥੋਂ ਅਗਰ ਆਓ ਤਾਂ ਫੌਜੀ ਫਾਊਂਡੇਸ਼ਨ ਕਾਲਜ ਹੈ ਤੇ ਫੌਜੀ ਫਾਊਂਡੇਸ਼ਨ ਕਾਲਜ ਕੋਲ ਹੈ ਰਕਸ਼ੇ ਔਰ ਇਹ ਰੋਡ ਜਿਹੜਾ ਨਾ ਉੱਪਰ ਚੜਨਾ ਪਿਆ ਅਸਾਂ ਨਾ ਮੋਟਰਸਾਈਕਲ ਹੈ ਖਲਤੇ ਆ ਤੇ ਮਾਰਨੇ ਆ ਜੀ ਇਸ ਕੀ ਕਿੱਕ ਤਾਂ ਨਿਕਲਨੇ ਆਉਣ ਚਲਿਆ ਜੀ ਜਵਾਦ ਭਾਈ ਚਲੋ ਜੀ ਬਿਲਾਲ ਭਾਈ ਚੱਲਨੇ ਅੱਗੇ ਅਸਾਂ ਆਪਣੇ ਸਫ਼ਰ ਨਾਲ ਆਗਾਜ਼ ਕਰ ਦਿੱਤਾ ਜੀ ਤੇ ਰਸਤੇ 'ਚ ਤੁਸਾਂ ਕੀ ਇਲਾਕੇ ਵੀ ਟਿਕਾਣੇ ਜੁਲਸਾਂ ਲੋਕਾਂ ਨਾਲ ਵੀ ਮਿਲਵਾਣੇ ਜੁਲਸਾਂ ਵੀਡੀਓ ਨਾਲ ਬਣੇ ਰਹਿਣਾ ਤਾਂ ਚੈਨਲ ਅਸਾਂ ਨੇ ਕਿ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਜੀ ਜੀ ਤਾਂ ਵੀਰਸ ਅਸਾਂ ਅੱਗੇ ਪਹੁੰਚੇ ਹਾਂ
ਪੁੱਲੇ ਦਾ ਇੱਕ ਰੇਲ ਨਹੀਂ ਪਟੜੀ ਆ ਨਜ਼ਰ ਆਈ ਆ ਜੀ, ਇੱਥੋਂ ਹੈ ਲੰਘਣੀ ਹੈ ਵੀ ਤਾਂ ਸਾਹਮਣੇ ਜਿਹੜਾ ਵਾ ਟੰਡੋਈ ਦਾ ਰੋਡ ਪਿਆ ਜਾਣਾ ਏਲਾ ਉੱਪਰ ਹੈ, ਬੋਰਡ ਲੱਗੇ ਆ ਟੰਡੋਈ ਗ੍ਰਾਂ ਹੈ, ਇਹ ਸੱਜੇ ਪਾਸੇ ਜਿਹੜਾ ਰੋਡ ਜਾਣਾ ਪਿਆ ਟੰਡੋਈ ਦਾ ਪਿਆ ਜਾਣਾ, ਖੱਬੇ ਪਾਸੇ ਵਾਲਾ ਜਿਹੜਾ ਵਾ ਦੀਵਾਨੇ ਹਜ਼ੂਰੀ ਔਰ ਕੋਟ ਦਮਿਆਕ ਦਾ ਮਕਬਰਾ ਸ਼ਾਹਬੁੱਦੀਨ ਗੋਰੀ ਉਧਰ ਦਾ ਪਿਆ ਜਾਣਾ, ਬੜਾ ਹੀ ਖੂਬਸੂਰਤ ਜੀ ਲੋਕੇਸ਼ਨ ਹੈ ਪਠਵਾਰ ਨਹੀਂ ਜਿਹੜਾ ਦੋਵਾਂ ਪਾਸੇ ਇਹ ਪਹਾੜੀਆਂ ਦਾ ਇਹ ਜਿਹੜਾ ਨਾ ਹੈ ਨਾ ਅਤੇ ਬਸ਼ਕਾਰੋਂ ਜਿਹੜਾ ਵਾ ਪਟੜੀ ਵੀ ਲੰਘਣੀ ਹੈ। ਅਸਾਂ ਰੁਕੇ ਹਾਂ ਜੀ ਹੁਣ ਟ੍ਰੇਨ ਨੇ ਇੰਤਜ਼ਾਰ ਵਿੱਚ, ਟ੍ਰੇਨ ਨਾਲ ਤੁਸੀਂ ਵਿਊ ਦਿਖਾਸਾਂ, ਪਾਣੀ ਜਵਾਦ ਬਾਈ ਨਾਲ ਆਉਂਦੇ, ਅਸੀਂ ਤਰੇ ਇਸ ਟਾਈਮ ਬੜੀ ਲੱਗ ਗਈ ਸੀ। ਇਸ ਰੋਡ ਦਾ ਜਿਹੜਾ ਜੀ ਜ਼ਿਆਦਾਤਰ ਰਕਸ਼ੇ ਹੀ ਚੱਲਣੇ ਨਾ, ਇਹ ਬਾਵਾ ਔਰ ਰਸ਼ਨਿਨ ਪੇ ਜੀ, ਕੁਹਾੜੀ ਕੁਹਾੜੀ ਵੀ ਚਾਹੀ ਨੇ, ਡੰਡੇ ਵੀ ਚਾਹੇ ਨੇ, ਕੁਝ ਪੜ੍ਹਨੇ ਵੀ ਪਏ। ਅਸਲਾਮ ਅਲੈਕੁਮ ਜੀ ਬਾਵਾ। ਅਲੈਕੁਮ ਸਲਾਮ, ਕੀ ਹਾਲ ਹੈ ਬਾਈ? ਠੀਕ ਹੋ? ਸੇ ਤਾਂ ਠੀਕ। ਇੱਧਰ ਸਾਈਡ ਦੇ ਆਓ ਨਾ, ਸਾਈਡ ਦੇ ਆਓ, ਰੋਡਾਂ 'ਚ ਗੱਡੀਆਂ ਲੰਘਣੀਆਂ ਨੇ ਪਈਆਂ। ਕੀ ਹਾਲ ਹੈ ਜਨਾਬ? ਖੈਰ ਹੈ, ਠੀਕ ਹੋ ਜੀ? ਠੀਕ ਠਾਕ। ਸੇ ਤਾਂ ਕੈਸੀਆਂ ਨੇ ਨਾ, ਬਾਲਣ ਛਾਲਣ ਚਾਹਿਆ ਜੀ, ਕੁਹਾੜੀ ਵੀ ਚਾਹੀ ਨੇ, ਤਾਂ ਇਹ ਕੋਈ ਟੂਬ ਜੀ, ਇਹ ਟੂਬ ਕਿਹੜੀ ਚਾਹੀ ਹੈ? ਉਹ ਟੂਬ ਮੈਂ ਤਕੜਾ ਸਾਂ, ਕਿਹੜੇ ਕੋਈ ਮਤਲਬ ਨਹੀਂ ਹੈ, ਸ਼ੱਕ ਦਵਾਈ ਨਹੀਂ ਹੈ, ਅਤੇ ਮੈਂ ਤੁਹਾਡੇ ਸਾਹਮਣੇ ਇੱਕ ਨਬੀ ਅਲੈਹਿ ਸਲਾਮ ਦੀ ਤਾਰੀਫ ਪੜ੍ਹਨਾ। ਤਾਂ ਮੇਰਾ ਤਾਂ ਪਹਿਲਾਂ ਇਹ ਦੱਸੋਗੇ ਕਿਹੜਾ ਇਲਾਕਾ ਕਿਹੜਾ ਗ੍ਰਾਂ? ਮੌਜਿਆ ਟੰਡੋਈ, ਤਹਿਸੀਲ ਥਾਣਾ ਸੁਹਾਵਾ, ਡਾਖਾਨਾ ਬਿਸ਼ਨ ਦੌਰ ਦੀਵਾਨ ਹਜ਼ੂਰੀ। ਬਾਲਣ ਬਾਲਣ ਆਉਂਦੇ ਜੀ? ਬਾਲਣ ਬਾਲਣ ਵਾਸਤੇ ਆਉਂਦਾ, ਗਾਵਾਂ ਪਿਆ ਚਾਰਦਾ। ਠੀਕ ਹੈ, ਕਿਤਨੀਆਂ ਗਾਵਾਂ ਰੱਖੀਆਂ ਨੇ? ਅਤੇ ਤਕਰੀਬ 12 ਡੰਗ, ਨਿੱਕੇ ਮੋਟੇ ਛੋਟੇ ਵੱਡੇ ਬੈਲ, ਗਾਈਆਂ ਬੈੜੀਆਂ ਬੈੜੇ ਨੇ। ਮਦੀਨੇ ਕੇ ਆਕਾ, ਮਦੀਨੇ ਕੇ ਮੌਲਾ, ਤੇਰੇ ਪਾਸ ਆਨੇ ਕੋ ਜੀ ਚਾਹਤਾ ਹੈ, ਮੁਕੱਦਰ ਬਣਾਏ ਤੋ ਜੀ ਚਾਹਤਾ ਹੈ। ਰੇਲ ਗੱਡੀ ਨੇ ਆਵਾਜ਼ ਅਛਣਾ ਪਿਆ ਜੀ, ਮੁੜ ਕੇ ਬਾਵੇ ਹੋਰਾਂ ਨਾਲ ਗੱਲ ਕਰਨੇ। ਟ੍ਰੇਨ ਆ ਗਈ ਹੈ ਜੀ, ਚੈੱਕ ਕਰੋ ਜੀ, ਜਾ ਰਹੀ ਹੈ। ਓ ਸਵਾਰੀਆਂ ਵੇ ਚੈੱਕ ਖਲਤੀਆਂ, ਉਹ ਚੈੱਕ ਕਰੋ ਹੱਥ ਲਾਣੇ ਨੇ ਵਿੱਚੋਂ ਜਿਹੜਾ ਨਾ, ਇਹ ਜਾ ਰਹੀ ਹੈ ਜੀ, ਆਹ ਚੈੱਕ ਕਰੋ ਜੀ, ਟ੍ਰੇਨ ਗੁਜ਼ਰ ਗਈ ਹੈ ਜੀ, ਆਹ ਚੈੱਕ ਕਰੋ। ਅਸਾਂ ਆਖਿਆ ਤੁਸਾਂ ਕਿ ਟ੍ਰੇਨ ਵੀ ਜਿਹੜਾ ਨਾ ਚੈੱਕ ਕਰਾ ਛੋੜੀ ਹੈ, ਇਹ ਲੰਘਣੀ ਇੱਥੋਂ ਜਿਹੜਾ ਨਾ। ਇਹ ਬਾਲਣ ਕਿੰਨਾ ਟਾਈਮ ਕੱਢ ਗਿਆ ਸੀ ਇਹਲਾ? ਇਹ ਕੋਈ ਚਾਹ ਚਾਹ ਬਣਾ, ਸਰਦੀਆਂ 'ਚ ਪਾਣੀ ਗਰਮ ਕਰਨਾ, ਨਮਾਜ਼ ਵਾਸਤੇ ਤਿਆਰੀ ਕਰਨੀ, ਜੁਮੇ ਦੀ ਤਿਆਰੀ ਕਰਨੀ, ਉੱਥੇ ਬਾਹਰ ਜਿਸ ਤਰ੍ਹਾਂ ਰੋਟੀ ਨਹਾਉਣੀ ਹੈ, ਸਹੀ ਹੈ, ਕਿਸੇ ਮੌਤ ਵੌਤ ਹੋਈ ਜਾਂ ਖੁਸ਼ੀ ਨੇ ਕੰਮ ਹੈ, ਪਾਣੀ ਗਰਮ ਕਰੋ ਜੀ। ਠੀਕ ਹੈ, ਅਤੇ ਹੁਣ ਤਾਂ ਗਰਮੀ ਹੈ ਜੀ, ਤਾਂ ਬੰਦਾ ਕਹਿਣਾ ਬਈ ਇਨਸਾਨੀ ਆਵਾਜ਼ ਹੈ, ਇਹੀ ਆ ਗੱਲ ਹੈ। ਇਹ ਕੁਹਾੜੀ ਨਾ ਦੇਣੇ, ਕੁਹਾੜੀ ਬੜੀ ਚੰਗੀ ਰੱਖੀ ਹੈ, ਕੁਹਾੜੀ ਵੀ ਅੱਲਾ ਦਿੱਤੀ ਹੈ, ਤੇ ਦੇਣੇ ਨਾ ਅਸਾਂ ਕੀ? ਇੱਕ ਜਾ ਪਾਲਿਆ ਡੇਰਾ ਲਾਇਆ ਸੀ, ਅੱਛਾ, ਉਹ ਡੇਰਾ ਚਾਹ ਕੇ ਚਲੇ ਗਏ। ਠੀਕ ਹੈ, ਤਾਂ ਮੈਂ ਪੈਰਾਂ ਨਾਲ ਉਹ ਜਿਹੜੀ ਕਾਹੀ ਕਾਜ ਆ ਉਹ ਠੋਲਾ ਜਿਹਾ ਮਾਰਿਆ, ਤਾਂ ਕਾਹ ਆਇਆ, ਪਰ ਇੱਥੇ ਲੈ ਕੁਹਾੜੀ ਠੀਕ। ਵਾਹ ਜੀ ਵਾਹ, ਚੰਗੀ ਚੰਗੀ ਕੁਹਾੜੀ ਹੈ ਜੀ, ਬਹੁਤ ਜ਼ਿਆਦਾ ਜ਼ਾਬਰ ਕਿਸਮ ਨੇ ਜਿਹੜਾ ਨਾ, ਚੈੱਕ ਕਰੋ, ਇਹ ਚੈੱਕ ਕਰੋ ਜੀ, ਇਹ ਬਾਵੇ ਹੋਰਾਂ ਦੀਆਂ ਚਾਹ ਆ ਗਈ ਹੈ ਮੇਰੇ ਤੇ, ਦੋ ਪਿਆਲੀਆਂ ਤੇ ਥਰਮਾਸ ਜਿਹੜਾ ਨਾ ਭਰ ਕੇ ਆਉਂਦਾ ਜੀ। ਕੀ ਹਾਲ ਹੈ, ਠੀਕ ਹੋ? ਠੀਕ ਠਾਕ। ਕੀ ਲੱਗਣੇ ਹੋ ਬਾਵੇ ਹੋਰਾਂ ਨੇ ਤੁਸੀਂ? ਬੇਟਾ ਬਾਵੇ ਹੋਰਾਂ ਨੇ ਪੁੱਤਰ ਜੀ, ਚਾਹ ਆਉਂਦੀ ਨੇ ਤੇ ਚਾਹ ਵੀ ਚੰਗੀ ਬਣਾਈ ਨੇ ਜਿਹੜਾ ਨਾ, ਲਹਿਰੀ ਸ਼ਹਿਰੀ ਹੈ, ਹੈ ਗਾਵਾਂ ਲਹਿਰੀਆਂ, ਦੋ ਗਾਵਾਂ ਲਹਿਰੀਆਂ ਸੁਣਿਆ ਲੀਆਂ। ਹੁਣ ਅਸਾਂ ਦੀ ਚਾਹ ਪਲਾਸ ਹੋ ਤੇ, ਮੈਂ 10 ਸਾਲ ਨੌਕਰੀ ਪਹਿਲੋ ਰੇਲ ਵਿੱਚ ਕੀਤੀ ਹੈ, ਅੱਛਾ, ਤੇ 2 ਸਾਲ ਕੱਚੀ ਤੇ 8 ਸਾਲ ਪੱਕੀ, ਫਿਰ 5 ਸਾਲ ਜਰਮਨ ਰਿਹਾ, ਫਿਰ 4 ਸਾਲ ਘਰ ਗੁਜ਼ਾਰੇ। ਠੀਕ ਹੈ, ਅਬਜ਼ਾਬੀ ਜਾਈਆ ਨਹੀਂ ਸੀ ਦਾਣਾ ਪਾਣੀ, ਸਹੀ ਹੈ, ਤਾਂ ਦੁਬਾਰਾ ਮੇਰੇ ਸੰਘ ਨੇ ਬੰਦਿਆਂ ਆਖਿਆ ਨੌਕਰੀ ਛੋੜੀਏ, ਡੱਡੀ ਜਾਂ ਤੁਰੀ ਸਾਹਿਬ ਆਏ ਨੇ, ਚਾਹ ਅਸਾਂ ਦੀਆਂ ਵੀ ਬਾਹ ਛੋੜੀ ਨੇ ਜੀ, ਇਹ ਤੱਕੋ ਨਾ ਦੋ ਪਿਆਲੀਆਂ ਤੇ ਸੋਹਣੀ ਚਾਹ ਦੁੱਧ ਆਲੀ ਜਿਹੜਾ, ਦੁੱਧ ਪੱਤੀ ਦੇ ਨਾਲ ਹੈ, ਬੰਦ ਵੀ ਆਉਂਦੇ ਨੇ ਬਾਵੇ ਹੋਰਾਂ ਦੀਆਂ, ਚੈੱਕ ਕਰੋ, ਇਹ ਰੋਜ਼ ਇੰਜੇ ਆਣਦੇ ਹੋ? ਤੌਲੇ ਦੀ ਸ਼ੇਰ ਪੜੀ ਨਾ। ਠੀਕ ਹੈ, ਤੇ ਤੌਲੇ ਨੇ ਫੈਨ ਹੋ ਹੈ ਕੀ? ਮੈਂ ਹਾਲ ਦੱਸਾਂ ਤੇਰੇ ਬਾਜੂ ਜਿਹੜਾ ਉਹ ਛੋੜੇ ਕੀਤਾ ਮੇਰਾ ਹਾਲ ਹੈ, ਉਹ ਲੋਕਾਂ ਪਾਈਆਂ ਜ਼ਰੀ ਤੇ ਪੁਸ਼ਾਕਾਂ ਤੇ ਅਸਾਂ ਗਮ ਦੀ ਮਾਲਾ ਪਾਈ, ਈਦ ਆਖੇ ਮੇਰੇ ਸੋਹਣੇ ਸੱਜਣ ਤੂੰ, ਅਸਾਂ ਰੋ ਰੋ ਈਦ ਲਗਾਈ, ਇੱਧਰ ਜ਼ਿੰਦਗੀ ਕਾ ਜਨਾਜ਼ਾ ਉੱਠੇਗਾ, ਉੱਧਰ ਜ਼ਿੰਦਗੀ ਕੀ ਦੁਲਹਨ ਬਣੇਗੀ, ਇੱਧਰ ਮੇਰੇ ਯਾਰ ਮਾਂ ਕਫਨ ਪਹਿਨ ਲੈਣਗੇ, ਉੱਧਰ ਉਨਕੇ ਮਾਥੇ ਮੈਂ ਬਿੰਦੀਆ ਸਜੇ। ਓਏ ਹੋਏ ਹੋਏ ਹੋਏ, ਬਾਤ ਹੈ ਜੀ, ਕੀ ਬਾਤ ਹੈ, ਹੁਣ ਚਾਹ ਪੀਣੇ ਆ ਜੀ, ਚਾਹ ਜਿਹੜਾ ਨਾ ਚਾਹ ਪੀ ਰਹੇ ਹਾਂ ਜੀ, ਤੇ ਬਾਵਾ ਹੋਰ ਹੁਣ ਪੀਣੇ ਨੇ ਪਏ, ਤੇ ਅਸਾਂ ਹੁਣ ਫਿਰ ਜੁਲਸਾਂ ਬਾਵਾ ਜੀ, ਇਨਸ਼ਾਅੱਲਾ ਫਿਰ। ਠੀਕ ਹੈ ਭਾਈ ਜੀ,
अल्लाह हाफिज, फिर इंशाल्लाह मुलाकात हो सन जी। मारिया जी के कौन मोटरसाइकिल है अगे सफर रवा नवा करिए। यह रस्ता जरा जी इधर दीवाने हजूरी दर चला जाना तो यह जरा रोड है ना इधर जरा जाना है बोर्ड भी लगे आवे शाहबुद्दीन गौरी ने मकबरे दर इधर जाना वे असा जाना वे शाहबुद्दीन गौरी ने मकबरे दर तो असा इस रोड से चढ़ जी। तो व्यूज अस हूँ सफर करने करने इतना पहुंचे हाँ टोक अंब ने मकाम तो यह जरा रस्ते भी टोक अंब बछना वे एक टोक अंब सुहावे चकवाल रोड अली है जी है वै तो एक इतने भी है ये छोटी जी पंचरानी दुकान जरा बनी है जी खोखा जहा रखे ने छोटी जी मार्केट है ये रोड जी थिया पाइनदार जा रही है तो ये सज्जे पास जी इतू निकलनी है भी रोड ये ली जानी है भी सुहावेदार ली सुहावा इतू वो अगे बोर्ड लगे वै ओला त्रै किलोमीटर है इतों जरा ना सुहावा तो यह जरा वै ये अगे कोट दमया कौर मकबरा शाहबुद्दीन गौरीदार जानी भी है छोटी जी दुकान है लोडर खलते है ये रक्षे इधर हथिया पाइनदार इधर ज़्यादातर ट्रांसपोर्ट जी तकी है वह जा जानी है इधर रक्षे तो वैगना शैगना ही तो यह निका भी खलते है क्या हाल है ठीक हो उधर आए सो चीज़ गिन आए सन जी तो को नहीं बोलने पे ए भाई और बैठे पजान क्या हाल है ठीक हो उसे ठीक न बहुत मशहूर अंब सी अच्छा। बहुत तगड़ा बूटा सही है कटिया गया ते उसने ना तो मशहूर है अच्छा। इथु अगे कितना है शाहबुद्दीन गौरी और मकबरा जेड़ा वे तू 7 किलोमीटर अगे इथु कितना में थिया पॉइंट जेड़ा वो 7 किलोमीटर है ते थिया जेड़ा खास है वो तकरीबन 5 किलोमीटर थिये कितने है गनो थिये थे त्रै नो अच्छा 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 ठीक हो गया जी ते ए इधर है केड़े जी अतुल गाजी ने खानदान ने बंदे सारे बैठे जेड़े दर्जी ना जी दर्जी ने ए आनन पे जी अतुल गाजी ने खानदान ने बंदे ने ना बाल शाल रखे ना ते स्टाइल हुई है ए कपड़े शपड़े सीडनन पे चेक करो ना ए इधर भी रखे ने ते किया जा काम जा रहा पजान शुक्र अल्हम्दुलिल्लाह ठीक जा रहा जनाब जी ठीक कम जा रहा है क्या के ने उस लाई शाही सरकार सिर्फ 1000 रुपया जी सिर्फ 1000 रुपया वो मंडे है कमे की क्या वजह है जी बस जी महंगाई वो है के ना इस ने 5 रुपया नहीं 10 नहीं नलकी लगनी है 1000 रुपया चा किन्ने ने क्या वजह है सरकार इस टाइम नलकी जा रही है 20 रुपया नहीं अच्छा तब बुकम जा रही है 600 रुपया मीटर तो 600 मीटर है ना मीटर पानी कितनी है मासा एक पानी है हां जी तको ना फिर बिजनेस बिल भी कटना पेना अपना खर्चा कटना पेना और सोच दुकान ना किराया शाया दे ए सूट शूट टंगे ने ते कितने एक सूट दिहाड़ी सीट छोड़ने हो तकरीबन 7 एक ते कारीगर ओन पाई और अर्तुगरुल और या तुसा हो सरकार और मेरे उस्ताद है मैं उन्हां दा शागिर्द हां जी जणे सारे बाल रखे नो ते वो आने पे अर्तुगरुल ने खानदान ने सही आखने पे सही आने जी अच्छा अच्छा ये इस पास है मस्जिद बनी है जी ये दरबार है जी ये मस्जिद है ठीक हो गया तो केड़े बुजुर्गों की दरबार है हजरत बाबा मासूम शाह साहब हजरत बाबा मासूम शाह सरकार की दरबार है जी असा हूँ जुलसा अगे सुल्तान शाहबुद्दीन गौरी और मकबरेदार 7 किलोमीटर वो फासला लिखे है जिस तरह दसने सन पे अंकल हूँ अगे निकलने जी जने असाने जानने वाले निकल आए जी तो इन्हें आख्या जी बोतल पीने के बगैर ना जान देने इंटरव्यू इशू किया बोतल इन्हें ठंडी जी कढ़ के दी है त्रे भी सही लगी सी एवं कैसतियाँ बंदा आख है असा तो बड़ा आख्या ना पीने जी तो व्यूज असा टोकाम तू अगे निकले हैं रोड उपर ही इतने आए हैं तो बन जी है तो हे इधर घड़ा जा पे आ किसे रखे आ पानिया ला कोरा घड़ा वै थले मट्टी भी लगी है लेकिन मट्टी पानिया ली होनी है मट उपर घड़ा पे आ सिल्वर ना गिलास भी पे आ वै झंडा जहा लगे आ चेक करो जी भाई और आए ने भी पानी पीन लगे न अस्सलाम वालेकुम जी क्या हाल है पहचान ठीक हो उसे ठीक नो कुथू आए हो पिंड मते खान तू जी ते ए हुन कुदर जुल्ले सो डंगर शंगर छोड़े ने नहीं पठे ते कम कर रहा पठे तू आया अच्छा छुट्टी करके ते अगे जा रहे हो जी पिंड मते खान वापस पिंड मते खान वापस जा रहे जी ते इथे पानी तकिया ने ते भी खल गए नसार पानी पीना थिया असा भी हुन पानी पीने आ जी
बड़ा बेहतरीन जड़ा ना कोरे घड़े ना मिट्टी ना पानी है और ये फिल्टर होया पानी होना जड़ा ना जिस तरह मिनरल वाटर होना ना एक घड़ा फिल्टर कर छोड़ना पानी है हूँ तो घड़े वाला दौर ही नहीं ना रहा हूँ चलने जी अगे असा हूँ पहुँच गए जी कोट धमयाक कोट धमयाक इंटर हो गए तो इतने ने असा ने एक दोस्त न जवाद इकबाल जवाद साहब उन्होंने कॉन्टैक्ट किया तो उन्होंने दरजासा तो उन्होंने नाल कैंसा तो फिर अगर जोड़ा वै जुलसा मकबरा शाहबुद्दीन गोरी नी तरफ तो फिर अगर संग टिकाने जी जे भी सीन होने असा पहुंचे जी जवाद भाई ने दौलत खाने तो जवाद भाई बड़ी बेहतरीन शिकंजी पिलाई तो बड़ी डाढ़ी त्रेह लगी सी तो उस तो बाद फिर असा निकले हाँ जी उधर गौरी ने मकबरे का सुल्तान शाहबुद्दीन गौरी ने मकबरे ने बिल्कुल करीब पहुंच चुके हैं और ये जी जगह तुसांगी नज़र अशनी हो सी भी पठवार नहीं ए खूबसूरती है तको उचिया नीवियां जगह टीले ए रताखड़े वाली मिट्टी है अपोर है घा शाह ये सावण है ना तो इसने घा शाह उठे आ असा नाल मौजूद न जवाद भाई इन्हां नाल असा गलबात कर सा और एक कोट धमयाक ने प्रोफेसर जवाद इकबाल बहुत प्यारे भाई ने सने ते अज ने इसने सफर इथों अगे असा नाल हो सने ते ये दसो कि इस मकाम की जड़ा वै ये क्या आखने ने जड़ी जगह है बिलाल भाई ये जिथे असा गलते हैं जाने ना गोरा ना पैर ठीक है गोरा ना पैर इसनी ना बिगड़ी के तारीख जड़ा है सी ना वो वक्त नाल नाल बिगड़ी गया ये गौरी ना पैरा सी शाहबुद्दीन गौरी जदों उन्होंने शहादत हुई है उस तो पहले इत्थे जदों पड़ाओ बाया तो इत्थे उन्होंने पैरा मौजूद सी वो गौरी ना पैरा सी तो गोरा ना पैर बनी गया इस जगह ने तुसां एक और जिहड़ी तुसां पहले आप निशानदेही की कि सुरख मिट्टी शुरू होनी है बिल्कुल ऐसे ही रताखड़ वाली सुरख मिट्टी है ये रताखड़ जिहड़ी है या रताखड़ा ये निशानी है साल्ट रेंज वैसे साड़ी की मुताले पाकिस्तान च पढ़ाया जाना है कि अगे बकड़ाले को शुरू होनी है असल जोड़ा जी असल इथों शुरू हो जानी है सही हो तो हुण जुलिया अगे के आखणे हो बिल्कुल जी अगे असल मकाम ते पहुंचने और उत्थे ने बारे विच जिहड़ा वै जवाब भाई और तकासा भी तुसा की और दसा भी इसनी हिस्ट्री जेड़ी है आओ चलने अगे आ जाना जी गदड़ियाम मोड़ असा इतों इधर खब्बे मुड़सा तो जी सामने रोड जानी है भी ये जानी है भी इधर लहड़ी दर अगे इधर निकल जानी है अगों आई है फोर्ड वैगन इधर वैगन शैगन भी चलनी तकरीबन डेढ़ दो घंटे ने सफ़र तो बाद असं पहुँच गए जी मकबरा शाहबुद्दीन गौरी तो वैसे तो टाइम घट ही लगना लेकिन असं वीडियो बनाने बनाने आए हैं फाइनली असं पहुँच चुके हैं जी मकबरा शाहबुद्दीन गौरी बहुत ही खूबसूरत किस्म ना तामीर होया जी और एक गार्डन वगैरह भी बने हैं मैं हे इधर भी जड़ा खुली जी हवेली है तो हे इस पास जड़ा वै मजैल लगे वै गौरी मजैल और गौरी मजैल जड़ा वै ये इन्होंने ना नाली मंसूब किया जाना और इन्होंने ना तो ही बनाया वै डॉक्टर अब्दुल कदीर खान साहब उन्होंने भी यह तस्वीर लगी है फखरे पाकिस्तान डॉक्टर अब्दुल कदीर खान साहब तो यह शाहबुद्दीन गौरी और तस्वीर है जी ये मेरे ख्याल जी है ना है वै ख्याली तस्वीर है क्योंकि उस टाइम तो कैमरे शैमरे या इस तरह ना कोई नहीं सन ये मजैल जड़ा इंडिया को जड़ा पृथ्वी है मजैल तो असा को जड़ा है गौरी है तो ये गौरी इन्होंने ना नाल है शाहबुद्दीन गौरी और ना नाल और मकबरा जड़ा वै इन्हें बनवाया सी डॉक्टर अब्दुल कदीर खान साहब अंदर जुलने अंदरों जड़ा वै कराने जी जियारत तो फिर जड़ा वै गल शल करसा जवाद भाई नाल इसनी हिस्ट्री ने बारे में तो यह पौड़ियाँ जी बनी ने इतें थले ही जुतियाँ लाने या उपर लाइए जवाद भाई क्या आने उपर ही चलने क्योंकि तप्पे आवे फर्श गर्मी है बहुत डाढ़ी ये इस पास है एक बने मैं थला जा ये हिस्ट्री लिखी है इस पास है तख्ती जी लिखी लगी है लिखे है इसने उपर बूटे वगैरह पे बड़े सोहने सोहने अंदर जुलने टिकाने ए सुल्तान शाहबुद्दीन गौरी अपर जड़ा है लिखे हैं जी शेर वगैरह
ਅਤੇ ਸਾਰਾ ਮਾਰਬਲ ਨਾਲ ਕੰਮ ਹੋਇਆ ਅੰਦਰ ਕਾਲੀਨ ਵਿੱਚੇ ਆ ਪੱਖੇ ਵਗੈਰਾ ਲੱਗੇ ਹੋਰ ਵੀ ਆ ਪਰ ਫਾਨੂਸ ਵਗੈਰਾ ਅਤੇ ਬੜਾ ਸੋਹਣਾ ਜਿਹਾ ਜਿਹੜਾ ਇਹਨੂੰ ਇੱਥੇ ਦੁਆ ਵਗੈਰਾ ਕਰਨੇ ਆ ਇਹਨਾਂ ਵਾਸਤੇ ਦੁਆਏ ਮਗਫਰਤ ਅਤੇ ਫਿਰ ਜਿਹੜਾ ਵਾ ਨਿਕਲਣੇ ਆ ਜੀ ਉਹਨਾਂ ਕੋਲੋਂ ਸਵਾਲ ਵਗੈਰਾ ਪੁੱਛਣੇ ਆ ਜੀ ਦੇ ਵਿਊਜ਼ ਅਸਾਂ ਗਏ ਹਾਂ ਉਹਨਾਂ ਨੇ ਮਜ਼ਾਰ ਤੇ ਦੁਆ ਵਗੈਰਾ ਕੀਤੀ ਹੈ ਦੁਆਏ ਮਗਫਰਤ ਔਰ ਬੜਾ ਬਿਹਤਰੀਨ ਜਿਹਾ ਜਿਹੜਾ ਵੈ ਇੱਧਰ ਤੁਸੀਂ ਤਕਾਇਆ ਵੈ ਡਾਕਟਰ ਅਬਦੁਲ ਕਦੀਰ ਖਾਨ ਸਾਹਿਬ ਨੇ ਤਸਵੀਰ ਲਗੀ ਹੈ ਬੜਾ ਸੋਹਣਾ ਗਾਰਡਨ ਹੈ ਅਤੇ ਅਸਾਂ ਨਾਲ ਮੌਜੂਦ ਨ ਪ੍ਰੋਫੈਸਰ ਜਵਾਦ ਇਕਬਾਲ ਸਾਹਿਬ ਮਾਸ਼ਾਅੱਲਾ ਬਹੁਤ ਅੱਛੇ ਲਿਖਾਰੀ ਨੇ ਔਰ ਇਹਨਾਂ ਨਾਲ ਤਾਰੀਖ ਨਾਲ ਬਹੁਤ ਹੀ ਗਹਿਰਾ ਜਿਹੜਾ ਤਲਕ ਹੈ ਅਤੇ ਇਹਨਾਂ ਕੀ ਅਸਾਂ ਰਿਕੁਐਸਟ ਕੀਤੀ ਕਿ ਜੁਲੋ ਅਸਾਂ ਕੀ ਜਿਹੜਾ ਵੈ ਇਸਨੇ ਹਿਸਟਰੀ ਨੇ ਬਾਰੇ ਵਿੱਚ ਜਿਹੜਾ ਥੋੜ੍ਹਾ ਜਿਹਾ ਆਗਾਹ ਕਰੋ ਇਹਨਾਂ ਕੋਲੋਂ ਪੁੱਛਣੇ ਆ ਜਵਾਦ ਬਈ ਬਹੁਤ ਸ਼ੁਕਰੀਆ ਤੁਸਾਂ ਨਾਲ ਸਭ ਤੋਂ ਪਹਿਲਾਂ ਤੁਸਾਂ ਅਸਾਂ ਕੀ ਟਾਈਮ ਦਿੱਤਾ ਅਤੇ ਇਹ ਦੱਸੋ ਕਿ ਸ਼ਾਬੋਦੀਨ ਗੌਰੀ ਹੋਰਾਂ ਨੇ ਕਹਿ ਤਾਰੀਖ ਹੈ ਕਿੱਥੋਂ ਆਏ ਕਹਿ ਸਿਲਸਿਲਾ ਹੋਇਆ ਇੱਥੇ ਕਿਸ ਤਰ੍ਹਾਂ ਸ਼ਹੀਦ ਹੋਏ ਸਾਰਾ ਜਿਹੜਾ ਨਾ ਇਹ ਅਸਾਂ ਨੇ ਨਾਜ਼ਰੀਨ ਕੀ ਵਿਊਜ਼ ਕੀਤਾ ਬਿਲਾਲ ਬਾਈ ਸ਼ਾਬੋਦੀਨ ਮੁਹੰਮਦ ਗੌਰੀ ਇਹ ਨਾਂ ਤਾਰੀਖ 'ਚ ਮਿਲਣਾ ਹੈ ਠੀਕ ਹੈ ਤੁਰਕਨ ਨਸਲ ਸਨ ਅਫਗਾਨਿਸਤਾਨ ਤੋਂ ਆਏ ਗੌਰ ਸੂਬਾ ਹੈ ਅਫਗਾਨਿਸਤਾਨ ਨਾਂ ਜ਼ਿਲ੍ਹਾ ਹੈ ਜਗ੍ਹਾ ਹੈ ਉੱਥੋਂ ਇਹ ਦਿੱਲੀ 'ਤੇ ਹਮਲਾ ਆਵਰ ਹੋਏ 1205 ਨੇ ਲਗਭਗ ਠੀਕ ਇਹ ਪਹਿਲੀ ਜੰਗ ਸੀ ਪਾਨੀਪਤਨੀ ਜਿਹੜੀ ਪ੍ਰਿਥਵੀ ਰਾਜ ਚੌਹਾਨ ਜਿਹੜਾ ਕਿ ਮਹਾਰਾਜਾ ਸੀ 800 ਰਾਜੇ ਉਸਨੇ ਅੰਡਰ ਇਹ ਰਿਪੋਰਟ ਹੋਣੇ ਨੇ ਉਹ ਬੜਾ ਰਾਜਾ ਸੀ ਮਹਾਰਾਜਾ ਸੀ ਸਹੀ ਹੈ ਔਰ 1205 ਸ਼ਿਕਸਤ ਹੋਈ ਗੌਰੀ ਸਾਹਿਬ ਕੀ ਇਹ ਵਾਪਸ ਚਲੇ ਗਏ ਲੇਕਿਨ ਇਹ ਮਤਨੀ ਆ ਰਹੀ ਤਿਆਰੀ ਕੀਤੀ ਤਿਆਰੀ ਕਰਨ ਤੋਂ ਬਾਅਦ ਅਗਲੇ ਸਾਲ 1206 'ਚ ਦੁਬਾਰਾ ਇਹਨਾਂ ਅਟੈਕ ਕੀਤਾ ਸਹੀ ਹੈ ਪਾਨੀਪਤ ਦੇ ਮੁਕਾਮ 'ਤੇ ਹੀ ਜੰਗ ਹੋਈ 120,000 ਨਾਲ ਲਸ਼ਕਰ ਰਿਪੋਰਟ ਹੋਣਾ ਹੈ ਰਵਾਇਤ 'ਚ ਪ੍ਰਿਥਵੀ ਰਾਜ ਚੌਹਾਨ ਕੋਲ ਇਹਨਾਂ ਕੋਲ 12,000 ਨਾਲ ਲਸ਼ਕਰ ਸੀ ਠੀਕ ਹੋ ਗਿਆ ਲੇਕਿਨ 12,000 ਨੇ ਲਸ਼ਕਰ 120,000 ਨੇ ਲਸ਼ਕਰ ਕੀ ਸ਼ਿਕਸਤ ਦਿੱਤੀ ਅਤੇ ਵਾਪਸ ਉਹ ਜਾਣੇ ਸਨ ਪਏ ਇਹ ਜਿੱਥੇ ਜਿੱਥੇ ਅਸਾਂ ਖਲਤੇ ਹਾਂ ਇਹ ਇਹਨਾਂ ਨਾਲ ਜਾਏ ਸ਼ਹਾਦਤ ਹੈ ਠੀਕ ਹੈ ਇਸਨੇ ਤਾਂ ਇਖਤਲਾਫ ਹੈ ਕਿ ਜਾਏ ਮਦਫਨ ਇਹ ਹੈ ਜਾਂ ਨਹੀਂ ਹੈ ਠੀਕ ਕੁਛ ਰਵਾਇਤ ਆਖਣੀਆਂ ਜੀ ਕਿ ਉਹਨਾਂ ਕੀ ਅਫਗਾਨਿਸਤਾਨ ਹੀ ਗਜ਼ਨੀ ਜਾਂ ਗੌਰੀ ਉਹ ਕਿ ਨਹੀਂ ਗਏ ਉਹਨਾਂ ਨੇ ਜਿਹੜੇ ਹੈ ਸਨ ਨਾਲ ਨਾਲ ਲਸ਼ਕਰ ਸੀ ਉਹਨਾਂ ਨੇ ਸਾਥੀ ਸਨ ਅਤੇ ਇਹ ਬਲ ਕਨਫਰਮ ਹੈ ਕਿ ਉਹਨਾਂ ਦੀ ਜਾਏ ਸ਼ਹਾਦਤ ਇਹ ਹੀ ਹੈ ਬਿਲਾਲ ਬਾਈ ਮੈਂ ਜ਼ਰਾ ਸਕੈਪਟਿਕ ਹਾਂ ਇਹਨਾਂ ਜਿਹੜੇ ਹਮਲਾਵਰ ਹੀਰੋਜ਼ ਜਿਹੜੇ ਨਾ ਉਹਨਾਂ ਨੇ ਬਾਰੇ 'ਚ ਮਾੜੇ ਨਜ਼ਦੀਕ ਜਿਸ ਤਰ੍ਹਾਂ ਹੈ ਕਿ ਜੀ ਮੁਹੰਮਦ ਬਿਨ ਕਾਸਿਮ ਜਾਂ ਕਿਆ ਆਖਣੇ ਜੀ ਗਜ਼ਨਵੀ ਅਬਦਾਲੀ ਇਹ ਕੋਈ ਹੀਰੋਜ਼ ਕੋਈ ਨਹੀਂ ਨਾ ਲੇਕਿਨ ਗੌਰੀ ਸਾਹਿਬ ਕੀ ਮੈਂ ਹੀਰੋ ਮੰਨਣਾ ਬਿਲਕੁਲ ਇਹ ਪਹਿਲਾ ਬੰਦਾ ਸੀ ਜਿਸ ਜਿਹੜੀ ਹੈ ਪਹਿਲੀ ਇਸਲਾਮੀ ਹਕੂਮਤ ਉਹ ਹਿੰਦੁਸਤਾਨ ਤੱਕ ਕਾਇਮ ਕੀਤੀ ਇਹਨਾਂ ਨੇ ਆਪਣੀ ਔਲਾਦ ਕੋ ਨਹੀਂ ਸੀ ਬਿਲਕੁਲ ਇਹਨਾਂ ਨੇ ਹੋਣੇ ਸਨ ਮੁਤਮੰਨਾ ਸਨ ਮੂੰਹ ਬੋਲੇ ਬੇਟੇ ਇਹਨਾਂ ਬਣਾਏ ਸਨ ਗੁਲਾਮ ਜਿਹੜੇ ਸਨ ਤੁਰਕ ਠੀਕ ਹੈ ਉਹਨਾਂ ਵਿੱਚੋਂ ਹੀ ਇੱਕ ਕੁਤਬੁੱਦੀਨ ਐਬਕ ਸਨ ਸਹੀ ਹੈ ਕੁਤਬੁੱਦੀਨ ਐਬਕ ਵੀ ਬੜਾ ਨੇਕ ਆਦਮੀ ਸੀ ਔਰ ਅੱਗੇ ਫਿਰ ਜਿਹੜੀ ਖਾਨਦਾਨ ਗੁਲਾਮਾਂ ਨੇ ਜਿਹੜੀ ਹਕੂਮਤ ਚੱਲਣੀ ਹੈ ਉੱਥੋਂ ਹੀ ਚੱਲਣੀ ਹੈ ਬਿਲਕੁਲ ਸਹੀ ਹੈ ਅਤੇ ਕੁਤਬੁੱਦੀਨ ਐਬਕ ਕੀ ਨਾ ਤਖ਼ਤ ਬਾਲਿਆ ਤਾਂ ਆਪੂ ਵਾਪਸ ਜਾ ਰਹੇ ਸਨ ਅਤੇ ਇੱਥੇ ਜਦੋਂ ਪਹੁੰਚੇ ਤਾਂ ਉਹ ਰਾਤੀ ਜਨਾਬ ਸ਼ਹੀਦ ਕਰੀ ਸਟੇ ਗਏ ਇੱਥੇ ਤਖ਼ਤੀ 'ਤੇ ਵੀ ਉਹ ਸਾਰੀ ਹਿਸਟਰੀ ਲਿਖੀ ਹੈ ਅਤੇ ਇਹ ਜਿਹੜਾ ਮਜ਼ਾਰ ਹੈ ਇਹ ਡਾਕਟਰ ਅਬਦੁਲ ਕਦੀਰ ਖਾਨ ਸਾਹਿਬ ਇਹ ਜਿਹੜਾ ਤਾਮੀਰ ਕਰਵਾਇਆ ਅਤੇ ਕਿਹੜੇ ਸਨ 'ਚ ਤਾਮੀਰ ਹੋਇਆ ਬਿਲਾਲ ਬਾਈ ਇਹ ਗਾਲਬਨ ਅਰਲੀ 90s 92-93 'ਚ ਇਸ ਨਾਲ ਕੰਮ ਆਗਾਜ਼ ਹੋਇਆ ਸੀ ਔਰ 95 ਜਾਂ 96 'ਚ ਇਸਨੀ ਤਕਮੀਲ ਹੋਏਗੀ ਬਿਲਕੁਲ ਸਹੀ ਹੋ ਗਿਆ ਅਤੇ ਇਸ ਤੋਂ ਇਲਾਵਾ ਇਹਨਾਂ ਦੀਆਂ ਜਿਹੜੀਆਂ ਕਬਰਾਂ ਨਾ ਆਣਨ ਕਿ ਇੱਧਰ ਕੋਈ ਹੋਰ ਇਹਨਾਂ ਨੇ ਸਿਪਾਹੀ ਸਨ ਜਾਂ ਉਹ ਨਾਲ ਜਿਹੜੇ ਸ਼ਹੀਦ ਹੋਏ ਸਨ ਉਹਨਾਂ ਦੀਆਂ ਵੀ ਕਬਰਾਂ ਬੈਕ ਸਾਈਡ 'ਤੇ ਹਨ ਉਹ ਕਿਤਨੀਆਂ ਉਹ ਕਬਰਾਂ ਹੁਣ ਤੁਸੀਂ ਅਗਲੇ ਸ਼ਾਰਟ 'ਚ ਨਾਜ਼ਰੀਨ ਕਿ ਜ਼ਰੂਰ ਦੱਸੋ ਉਹ ਕਬਰਾਂ ਮੌਜੂਦ ਨਾ ਤ੍ਰੈ ਜਿਹਨਾਂ ਕਿ ਆਖਿਆ ਜਾਣਾ ਗੁੰਮਨਾਮ ਸਿਪਾਹੀ ਉਹਨਾਂ ਨੇ ਗਾਰਡ ਸਨ ਜਿਹੜੇ ਨਾਲ ਹੀ ਉਸ ਹਮਲੇ 'ਚ ਸ਼ਹੀਦ ਹੋਏ ਫਿਰ ਇੱਥੇ ਕਬਰ ਤੁਸੀਂ ਕੀ ਮਿਲ ਸੀ ਦੋ ਕਬਰਾਂ ਹੋਰ ਉਹ ਹੈ ਨਾ ਜਨਰਲ ਸ਼ੇਰ ਅਲੀ ਔਰ ਉਹਨਾਂ ਦੀ ਮਿਸਿਜ਼ ਨਾ ਜਨਰਲ ਸ਼ੇਰ ਅਲੀ ਉਹ ਹਸਤੀ ਹੈ ਕਿ ਇਹ ਪਾਕਿਸਤਾਨ ਜਦੋਂ ਬਣਿਆ ਹੈ ਤਾਂ ਇਹ ਹਿਜਰਤ ਕਰੀ ਕੇ ਹਿੰਦੁਸਤਾਨੀ ਇਲਾਕੇ ਤੋਂ ਇੱਥੇ ਆਏ ਸਨ ਔਰ ਉਸ ਤੋਂ ਪਹਿਲੇ ਇਹ ਨਵਾਬ ਆਫ ਪਟੋਦੀ ਰਿਆਸਤ ਪਟੋਦੀ ਜਿਹੜੀ ਹੈ ਉਸਨੇ ਬਿਲਕੁਲ ਉਸਨੇ ਛੋਟੇ ਭਾਈ ਸਨ ਔਰ ਇਹਨਾਂ ਉਸ ਆਪਣੇ ਪ੍ਰਾਹੁਣੀ ਵਫਾਤ ਤੋਂ ਬਾਅਦ ਨਵਾਬ ਬਣਨਾ ਸੀ ਲੇਕਿਨ ਇਹ ਕਿਸਮਤ ਖੁੱਲ੍ਹਣੀ ਸੀ ਜਨਾਬ ਸੈਫ ਅਲੀ ਖਾਨ ਜਿਹੜਾ ਫਿਲਮ ਐਕਟਰ ਹੈ ਫਿਲਮ ਹੀਰੋ ਹੈ ਇੰਡੀਅਨ ਫਿਲਮ ਇੰਡਸਟਰੀ 'ਚ ਉਸਨੇ ਕਿਸਮਤ ਖੁੱਲ੍ਹਣੀ ਸੀ
कि जनरल साहब इधर आ रहे ये मिलिट्री अताशी सन बरतानवी हुकूमत ने अंडर जरा जदों इंडिया सी पाकिस्तान बनने टाइम इधर आ रहे छोड़ी छाड़ी के अपनी नवाबी उन्हें पाकिस्तानी खातर छोड़ी बड़े बड़े थे प्यारे लोग जो पाकिस्तान प्यार करने वाले ना तो उन्हें फिर कुछ थोड़ी जी जगह कि नहीं कह तो इस कबर ने इर्द गिर्द बनाई सटी एक चारदीवारी जी असं अपने बचपन चु चारदीवारी तखी है उस तू बाद इतें सुब साधक साहब वो एस एस जी ने है सन सूबेदार सन इतने मुकामी ग्रां या झंडा मैरा उतें ने उन्हें मुतारफ कराया डॉक्टर गदीर साहब की कि जनाब इतने शाहबुद्दीन गौरी तो माड़े ग्रां इतना दफन ठीक है तो शाहबुद्दीन गौरी साहब की आने वाले सुब साधक साहब सन अच्छा माशाल्लाह बिल्कुल जी मालूमात वाली गल है जी तो फिर जड़ा एक डॉक्टर गदीर साहब इतना एक खूबसूरत मकबरा बनाया उन्होंने पोर्ट्रेट भी इतना मौजूद है डॉक्टर साहब आप भी तशरीफ आनने सन इतना तो गौरी मिजाइल ना भी तुसा तख्या इतना बाकायदा जड़ा है एक उसना मॉडल लगे मॉडल लगे है जी तो व्यूज असा तुसा की तकाया चकवाल मोड़ तू असा वीडियो स्टार्ट की और रस्ते ने भी मनाजर तकाए और फिर इतने आ गए जवाद भाई को पानी वगैरह पीता इन्हों को उतू इन्हों की नाल गिदा असा आए और गौरी साहब ने मकबरा तकाया इन्होंने हिस्टरी जड़ा जवाद भाई दसी तो उम्मीद कर सा तुसा की अज ये वीडियो पसंद आई हो सी तो वीडियो पसंद आई हो तो वीडियो की लाइक जरूर करना है और असा ने चैनल की सबसक्राइब जरूर करना है अगली वीडियो तक अल्लाह हाफिज़ क्योंकि बारिश आई है तो हूँ असा जड़ा वै निकल सा ते अल्लाह हाफिज़।